ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Trend Alert ਤੇ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਡੇਲੀ ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਦੇ ਵਿੱਚੋਂ ਕਾਫੀ ਸਾਰੀਆਂ ਅਪਡੇਟਸ ਸਾਹਮਣੇ ਆਉਂਦੀਆਂ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਅੱਜ ਨੀ ਮੈਸਾਸਕੁਟਨੀ ਦੇ ਮੇਨ ਐਕਟਰ ਮਹਿਤਾਬ ਵਿਰਕ ਦਾ ਬਰਥਡੇ ਸੀ ਤੇ ਉਹਨਾਂ ਨੇ ਆਪਣਾ ਬਰਥਡੇ ਕਾਫੀ ਧੂਮ-ਧਾਮ ਦੇ ਨਾਲ ਮਨਾਇਆ ਜਿੱਤੇ ਕਿ ਉਹਨਾਂ ਨੇ ਆਪਣਾ ਬਰਥਡੇ ਆਪਣੀ ਫੈਮਿਲੀ ਮੈਂਬਰਸ ਐਂਡ ਆਪਣੇ ਰਿਲੇਟਿਵਸ ਦੇ ਨਾਲ ਸੈਲੀਬ੍ਰੇਟ ਕੀਤਾ ਉੱਥੇ ਹੀ ਉਹਨਾਂ ਨੇ ਆਪਣਾ ਬਰਥਡੇ ਨੀ ਮੈਸਾਸਕੁਟਨੀ ਦੀ ਟੀਮ ਦੇ ਨਾਲ ਸੈਲੀਬ੍ਰੇਟ ਕੀਤਾ ਤੇ ਉਹ ਕਾਫੀ ਜ਼ਿਆਦਾ ਖੁਸ਼ ਵੀ ਨਜ਼ਰ ਆ ਰਹੇ ਸਨ ਉੱਥੇ ਹੀ ਤੁਹਾਨੂੰ ਦੱਸ ਦਈਏ ਪੰਜਾਬੀ ਇੰਡਸਟਰੀ ਦੇ ਸੁਪਰ ਹਿੱਟ ਐਕਟਰ ਐਮੀ ਵਿਰਕ ਦਾ ਵੀ ਅੱਜ ਬਰਥਡੇ ਸੀ ਐਂਡ ਵੀਅਰ ਵਿਸ਼ਿੰਗ ਹਿਮ ਅ ਵੈਰੀ ਹੈਪੀ ਬਰਥਡੇ ਦਿਲਜੀਤ ਤੋਂ ਸਾਂਝ ਤੋਂ ਬਾਅਦ ਸੈਕਿੰਡ ਨੰਬਰ ਤੇ ਉਹ ਐਕਟਰ ਐਮੇਵਿਰ ਕਿਹ ਹੈ ਜੋ ਕਿ ਪਾਲੀਵੁੱਡ ਇੰਡਸਟਰੀ ਦੇ ਵਿੱਚ ਹਰ ਫਿਲਮ ਦੇ ਵਿੱਚ ਨਜ਼ਰ ਆਉਂਦੇ ਨੇ ਤੇ ਆਡੀਅנס ਦੇ ਦੁਆਰਾ ਕਾਫੀ ਜ਼ਿਆਦਾ ਪਸੰਦ ਵੀ ਕੀਤੇ ਜਾਂਦੇ ਨੇ ਹੈ ਵੈਲ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਤਾਂ ਆਪਣੀ ਕੋਈ ਵੀ ਪੋਸਟ ਸਾਂਝੀ ਨਹੀਂ ਕੀਤੀ ਬਟ ਫੈਨਸ ਦੇ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਬਲੇਸਿੰਗਸ ਮਿਲ ਰਹੀਆਂ ਨੇ ਅਮਰਿੰਦਰ ਗਿੱਲ ਸੋਸ਼ਲ ਮੀਡੀਆ ਤੋਂ ਕਾਫੀ ਦੂਰ ਰਹਿੰਦੇ ਨੇ ਇਸ ਕਰਕੇ ਉਹ ਕੋਈ ਵੀ ਅਪਡੇਟ ਜਲਦੀ ਆਪਣੀ ਸੋਸ਼ਲ ਮੀਡੀਆ ਤੇ ਨਹੀਂ ਦਿੰਦੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਨਾਲੋਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਹੈ। ਵੈਲ ਅੱਜ ਦਾ ਦਿਨ ਪੰਜਾਬੀ ਇੰਡਸਟਰੀ ਦੇ ਲਈ ਕਾਫੀ ਖਾਸ ਹੈ ਕਿਉਂਕਿ ਪੰਜਾਬੀ ਇੰਡਸਟਰੀ ਦੇ 3 ਸਿੰਗਲਸ ਦਾ ਜਨਮ ਅੱਜ ਦੇ ਦਿਨ ਹੋਇਆ ਐਂਡ ਉਹ ਪੰਜਾਬੀ ਇੰਡਸਟਰੀ ਨੂੰ ਕਾਫੀ ਬੁਲੰਦੀਆਂ ਤੱਕ ਪਹੁੰਚਾ ਚੁੱਕੇ ਨੇ। ਤੁਸੀਂ ਵੀ ਇਸ ਖਾਸ ਮੌਕੇ ਤੇ ਪੰਜਾਬੀ ਇੰਡਸਟਰੀ ਦੇ ਇਹ ਸਿਤਾਰਿਆਂ ਨੂੰ ਉਹਨਾਂ ਦਾ ਬਰਥਡੇ ਵਿਸ਼ ਕਰਨਾ ਨਾ ਭੁੱਲਣਾ। And we are also wishing for their happy and healthy life. Once again,